ਹਾਂਜੀ ਕਿਦਾਂ ਸਾਰੇ ਸਾਰੇ ਸਾਸ਼ਟਰੀ ਕਾਲੇ ਵੀਡੀਓ ਹਰ ਇੱਕ ਗਰੁੱਪ ਚ ਪਾਇਆ ਤੁਹਾਨੂੰ ਦਿਖਾਉਣੇ ਮਨਮੋਹ ਸਿੰਘ ਜੀ ਜਿਨ੍ਹਾਂ ਨੇ ਪੰਜਾਬੀਆਂ ਦਾ ਸਿੱਖਾਂ ਦਾ ਨਾਂ ਸਾਰੀ ਦੁਨੀਆ ਚ ਰਚਨਾਇਆ ਵਾਮਾ ਕਹਿੰਦਾ ਸੀ ਵਾਮੇ ਦੇ ਮੈਂ ਤੁਹਾਨੂੰ ਆਵਾਜ਼ ਵੀ ਸੁਣਾਉਣਾ ਜਿਸ ਚੋ ਕਹਿ ਰਿਹਾ ਵੀ ਜਦੋਂ ਮਨਮੋਹਨ ਸਿੰਘ ਜੀ ਬੋਲਦੇ ਸੀ ਸਾਰੀ ਦੁਨੀਆ ਖੜਖੜ ਸੁਣਦੀ ਸੀ ਦੇਖ ਸਕਦੇ ਆ ਸਾਰੇ ਜਾਪਾਨ ਜਰਮਨ ਅਮਰੀਕਾ ਸਾਰੀ ਦੁਨੀਆ ਦੇ ਲੀਡਰ ਮਨਮੋਹਨ ਸਿੰਘ ਜੀ ਨੂੰ ਕਿੰਨੇ ਧਿਆਨ ਨਾਲ ਸੁਣ ਰਿਹਾ ਜਿਨ੍ਹਾਂ ਨੇ ਭਾਰਤ ਦੀ ਜੀਡੀਪੀ 10 ਤੇ ਲੈ ਗਿਆ ਸੀ ਤੇ ਦੂਜੇ ਪਾਸੇ -23 ਚ ਲੈ ਜਾਣ ਵਾਲਾ ਮੂਰਤੀ ਬਣ ਕੇ ਆ ਖੜਾ ਆ ਤੁਹਾਨੂੰ ਦਿਖਾਉਣਾ ਮਨਮੋਹਨ ਸਿੰਘ ਜੀ ਦੇ ਤੱਥ ਮੈਂ ਕਹਾਂ ਯਾਰ ਇੰਨੀਆਂ ਵਧੀਆ ਗੱਲਾਂ ਸਾਨੂੰ ਕਦੀ ਕਿਸੇ ਨੇ ਦੱਸੀਆਂ ਹੀ ਨਹੀਂ ਸੋਸ਼ਲ ਮੀਡੀਆ ਦਾ ਸਹੀ ਉਪਯੋਗ ਕਰਿਓ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਬਾਈ ਜੀ ਇਹਨ ਸੀ ਵੀ ਮੈਨੂੰ ਚੇਤੇ ਹੀ ਨਹੀਂ ਹੋਈਆਂ ਤੇ ਇਹਨਾਂ ਨੂੰ ਵਾਰ ਇਹਨੇ ਦੇਛਾਂ 'ਚ ਮਿਲੇ ਮੈਂ ਕਿਹਾ ਕੀ ਕਹਨੇ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਤੇ ਜਵਾਲਾ ਨਹਿਰੂ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਜਿਹੜੇ ਦੋ ਵਾਰ ਟਰਮ ਪੂਰੀ ਕੀਤੀ ਸੀ ਤੇ ਨੋਟਾਂ ਤੇ ਇੱਕੋ ਹੀ ਸਿੰਘ ਦਾ ਨਾਮ ਲਿਖਿਆ ਗਿਆ ਉਹ ਸੀ ਜੀ ਮਨਮੋਹਨ ਸਿੰਘ ਜੀ ਰਜਾਰਬ ਬੈਂਕ ਦੇ ਗਵਰਨਰ ਤੇ ਦਿਖਾਉਣੇ ਜੀ ਇੱਕ ਮਿੰਟ ਰੁਕੋ ਤੁਹਾਨੂੰ ਦਿਖਾਉਣਾ ਬਾਈ ਜੀ ਯੂਨੀਵਰਸਿਟੀਆਂ ਜਿਨ੍ਹਾਂ ਦੇ ਨਾਂ ਤੇ ਸਕਾਲਰਸ਼ਿਪ ਦਿੰਦੀਆਂ ਆ ਸਹੀ ਗੱਲ ਆ ਯਾਰ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਹੈ ਸੱਚੀ ਗੱਲ ਬਾਈ ਜੀ ਇਦਾਂ ਦੀਆਂ ਗੱਲਾਂ ਮੈਨੂੰ ਪਤਾ ਹੀ ਨਹੀਂ ਸੀ ਹੁਣ ਮੈਂ ਤੁਹਾਨੂੰ ਸਾਂਝੀਆਂ ਕਰਦਾ ਜਾਪਾਨ ਇੱਕ ਅਜਿਹਾ ਦੇਸ਼ 9099 ਦੇ ਗੇੜ 'ਚ ਮਨਮੋਹਨ ਸਿੰਘ ਜੀ ਜਦੋਂ ਫਾਈਨੈਂਸ ਮਿਨਿਸਟਰ ਸੀ ਜਾਪਾਨ ਨੇ ਆਪਣਾ ਸਭ ਤੋਂ ਵੱਡਾ ਆਵਾਰ ਭਾਰਤ ਦਾ ਇੱਕੋ ਇੱਕ ਬੰਦਾ ਜਿਸ ਨੂੰ ਜਾਪਾਨ ਨੇ ਆਪਣੇ ਸਭ ਤੋਂ ਵੱਡੇ ਬਾਗਾਂ ਚ ਇੱਕ ਬਾਗ ਦਿੱਤਾ ਦੇਖ ਸਕਦੇ ਆ ਮਨਮੋਹਨ ਸਿੰਘ ਜੀ ਕਿਉਂਕਿ 9091 ਚ ਮਨਮੋਹਨ ਸਿੰਘ ਜੀ ਫਾਈਨੈਂਸ ਮਨਿਸਟਰ ਸੀ ਤੁਹਾਨੂੰ ਵੀ ਪਤਾ ਹੋਣਾ ਕਦੀ ਪੜਿਓ 9091 ਦੇ ਗੇਟ ਚ ਆਪਾਂ ਸਾਰੇ ਕੋ ਸੋਨੀ ਦੇ ਬਾਗਮੈਨ ਕਈ ਕੁਛ ਹੁੰਦਾ ਸੀ ਜਾਪਾਨ ਦੀ ਬੋਲਵਾਲਾ ਸੀ ਉਹ ਸਾਰਾ ਕੁਝ ਦੱਸਾਂਗੇ ਉਹ ਚ ਮਨਮੋਹਨ ਸਿੰਘ ਜੀ ਦਾ ਵੀ ਕਿਸ ਤਰ੍ਹਾਂ ਹੱਥ ਸੀ ਐਵੇਂ ਨਹੀਂ ਜਾਪਾਨ ਵਾਲਿਆਂ ਨੇ ਇਹਨਾਂ ਨੂੰ ਆਪਣੇ ਸਭ ਤੋਂ ਵੱਡੇ ਬਾਗ ਚੋਂ ਇੱਕ ਬਾਗ ਦਿੱਤਾ ਦੇਖ ਸਕਦੇ ਆ ਸਪੈਸ਼ਲ ਸਨਮਾਨਤ ਕੀਤਾ ਸੀ ਮਨਮੋਹਨ ਸਿੰਘ ਜੀ ਨੂੰ ਭਈ ਇਹਨਾਂ ਨੇ ਜਾਪਾਨ ਦੀ ਅਰਥ ਵਿਵਸਥਾ ਨੂੰ ਵੀ ਕਿਸ ਤਰ੍ਹਾਂ ਨੂੰ ਪ੍ਰਭਾਵਿਤ ਕੀਤਾ ਸੀ ਭਾਰਤ ਦੇ ਫਾਈਨੈਂਸ ਮਿਨਿਸਟਰ ਰਹਿੰਦੇ ਹੋਏ ਉਹ ਭਰਾਵੋ ਗੱਲਾਂ ਦਿਖਾਉਣਾ ਤੁਹਾਨੂੰ ਇਹਨਾਂ ਦੀਆਂ ਮੈਂ ਕਿਹਾ ਯਾਰ ਤੇ ਆ ਦੇਖੋ ਜੀ ਆਕਸਫੋਰਡ ਯੂਨੀਵਰਸਿਟੀ ਦੁਨੀਆ ਦੀਆਂ ਸਭ ਤੋਂ ਪਹਿਲੇ ਨੰਬਰ ਦੀਆਂ ਯੂਨੀਵਰਸਿਟੀਆਂ ਚੋ ਸਪੈਸ਼ਲ ਇਹਨਾਂ ਨੂੰ ਸਨਮਾਨਤ ਕੀਤਾ ਉੱਥੇ ਦਾ ਚਾਂਸਲਰ ਆਕਸਫੋਰਡ ਯੂਨੀਵਰਸਿਟੀ ਦਾ ਮਨਮੋਹਨ ਸਿੰਘ ਜੀ ਦੇ ਨਾਲ ਦੇਖ ਸਕਦੇ ਆ ਕਿ ਉਹੀ ਗੱਲ ਆ ਪੀਨਾਂ ਦੀ ਡਿਗਰੀਆਂ ਹੀ ਇੰਨੀਆਂ ਸੀ ਇਨਾਂ ਦੀ ਪੜ੍ਹਾਈ ਇੰਨੀ ਸੀ ਦੁਨੀਆ ਦੇ ਸਭ ਤੋਂ ਵੱਧ ਪੜੇ ਲਿਖੇ ਪ੍ਰਧਾਨ ਮੰਤਰੀ ਚ ਸਰਚ ਕਰਕੇ ਦੇਖ ਲਿਓ ਵਰਲਡਸ ਮੋਸਟ ਐਜੂਕੇਟਿਡ ਪ੍ਰਾਈਮ ਮਿਨਿਸਟਰ ਪਹਿਲੇ ਨੰਬਰ ਤੇ ਮਨਮੋਹਨ ਸਿੰਘ ਜੀ ਦਾ ਨਾਮ ਆਉਂਦਾ ਮਾਣ ਆ ਸਾਡੇ ਪੰਜਾਬੀਆਂ ਦੇ ਸਿੱਖਾਂ ਦੇ ਤੇ ਇਹਨਾਂ ਦਾ ਜਨਮ ਦਿਨ ਸੀ 26 ਤਰੀਕ ਐ ਅੱਜ ਚਲੋ ਇੰਡੀਆ ਤੇ ਭਰਾਵੋ ਗੱਲ ਦਿਖਾਉਣਾ ਤੁਹਾਨੂੰ ਆਕਸਫੋਰਡ ਯੂਨੀਵਰਸਿਟੀ ਐ ਕੈਮਬ੍ਰਿਜ ਯੂਨੀਵਰਸਿਟੀ ਮਨਮੋਹਨ ਸਿੰਘ ਜੀ ਦੇ ਨਾਂ ਤੇ ਸਕਾਲਰਸ਼ਿਪ ਦਿੰਦੀ ਆ ਜਿਆਦਾ ਪੜਨ ਵਾਲਿਆਂ ਨੂੰ ਦੇਖੋ ਕੈਮਬ੍ਰਿਜ ਯੂਨੀਵਰਸਿਟੀ ਹਨਾ ਕਿਉਂਕਿ ਇਹਨਾਂ ਨੇ ਉੱਥੇ ਵੀ ਪੜ੍ਹਾਈ ਕੀਤੀ ਸੀ ਦੇਖ ਲਓ ਸਕਾਲਰਸ਼ਿਪ ਦੇਣਾ ਕਿਸੇ ਦੇ ਨਾਂ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਸਾਡੇ ਵਰਗਿਆਂ ਤੋਂ 12 ਮਸੀ ਪਾਸ ਹੁੰਨੀਆਂ ਤੇ ਮਨਮੋਹਨ ਸਿੰਘ ਜੀ ਦੇ ਨਾਂ ਤੇ ਗੋਰਿਆਂ ਦੀਆਂ ਯੂਨੀਵਰਸਿਟੀਆਂ ਸਕਾਲਰਸ਼ਿਪ ਬਜੀਫੇ ਦਿੰਦੀਆਂ ਆ ਉਹ ਬੱਲੇ ਉਹ ਬੱਲੇ ਯਾਰ ਸਹੀ ਗੱਲ ਆ ਇਦਾਂ ਦੇ ਬਾਈ ਜੀ ਮੈਂ ਇਹ ਕੋਈ ਆਮ ਇਨਸਾਨ ਨਹੀਂ ਸੀ ਇਦਾਂ ਦੇ ਇਨਸਾਨ ਕਦੀ ਕਦੀ ਪੈਦਾ ਹੁੰਦੇ ਭਰਾਵੋ ਸੱਚੀ ਗੱਲ ਆ ਤੇ ਹੋਰ ਡਾਕ ਟਿਕਟ ਡਾਕ ਟਿਕਟ ਕੋਈ ਦੇਸ਼ ਕਿਸੇ ਦੇ ਕੋਈ ਕਿਸੇ ਹੋਰ ਬਗਾਨੇ ਦੇਸ਼ ਚ ਜੰਮੇ ਦੇ ਨਾਂ ਤੇ ਕੋਈ ਦੇਸ਼ ਡਾਕ ਟਿਕਟ ਕੱਟੇ ਹੀ ਜਾਰੀ ਕਰਦਾ ਆ ਉਜ਼ਬੇਕਿਸਤਾਨ ਦੇਸ਼ ਨੇ ਮਨਮੋਹਨ ਸਿੰਘ ਜੀ ਦੇ ਨਾਂ ਤੇ 2006 ਚ ਡਾਕ ਟਿਕਟ ਜਾਰੀ ਕੀਤੀ ਪੰਜ ਦੇਸ਼ਾਂ ਨੇ ਇਹਨਾਂ ਦੇ ਨਾਂ ਤੇ ਡਾਕ ਟਿਕਟ ਜਾਰੀ ਕੀਤੀ ਸੀ ਤੇ ਮੈਨੂੰ ਦੋ ਦੇਸ਼ਾਂ ਦੀਆਂ ਤਸਵੀਰਾਂ ਮਿਲੀਆਂ ਇੱਕ ਭੂਟਾਨ ਆਪਣਾ ਗਵਾਂਢੀ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਚੋਂ ਇੱਕ ਖੁਸ਼ ਦੇਸ਼ਾਂ ਚੋਂ ਇੱਕ ਭੂਟਾਨ ਆਪਣੇ ਨੇੜੇ ਹੀ ਆ ਉਹਨਾਂ ਦਾ ਕੋਈ ਰੌਲਾ ਰੱਪਾ ਨਹੀਂ ਕੋਈ ਹਥਿਆਰ ਨਹੀਂ ਕੋਈ ਲੜਾਈ ਨਹੀਂ ਦੇਖੋ ਕਿਸੇ ਦੇਸ਼ ਦੀ ਡਾਕ ਟਿਕਟ ਤੇ ਆਉਣਾ ਕੋਈ ਬਾਈ ਪੜ ਕੇ ਦੇਖ ਲਿਓ ਵੀ ਡਾਕ ਟਿਕਟ ਤੇ ਆਉਣ ਲਈ ਕੀ ਬਾਈ ਜੀ ਐਦਾਂ ਦਾ ਪ੍ਰਧਾਨ ਮੰਤਰੀ ਯਾਰ ਵੋਟਾਂ ਚ ਲਾਈਨ ਚ ਖੜਾ ਪ੍ਰਧਾਨ ਮੰਤਰੀ ਹੁੰਦੇ ਹੋਏ ਇੱਕ ਤਾਂ ਸੀ ਪਈ ਚਲੋ ਕੋਈ ਮੰਤਰੀ ਬਣੇ ਤੋਂ ਪਹਿਲਾਂ ਆ ਲਓ ਜੀ ਵੋਟਾਂ ਦੀ ਲਾਈਨ ਆ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਲਾਈਨ ਚ ਖੜਾ ਆਪਣੀ ਧਰਮ ਪਤਨੀ ਨਾਲ ਬੋਟ ਪਾਉਣ ਲਈ ਇੱਦਾਂ ਕਦੀ ਹੁਣ ਹੋ ਸਕਦਾ ਹੋ ਸਕਦਾ ਸੋਚ ਵੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਅਖੇ ਜੀ ਅਮਰੀਕਾ ਤੋਂ ਆਇਆ ਤੇ ਸਿੱਧਾ ਹੀ ਜਿੱਥੇ ਪਾਰਲੀਮੈਂਟ ਬਣਦੀ ਚਲ ਗਿਆ ਅੱਛਾ ਕੈਮਰੇਮੈਨ ਉੱਥੇ ਪਹਿਲਾਂ ਹੀ ਖੜੇ ਸੀਗੇ ਚਲ ਗਿਆ ਪਾਰਲੀਮੈਂਟ ਦੇਖਣ ਯਾਰ ਲੋਕਾਂ ਨੂੰ ਸ਼ਰਿਆਂ ਮੂਰਖ ਬਣਾਉਂਦੇ ਉਤੋਂ ਬਣਦੇ ਆ ਲੋਕ ਹੋਰ ਦਿਖਾਉਣਾ ਤੁਹਾਨੂੰ ਭਾਈ ਜੀ ਆ ਦੇਖੋ ਪਹਿਲਾਂ ਇਹਨਾਂ ਦੇ ਆ ਡਿਗ ਆਹਾ ਪੜੋ ਅਵਾਰਡ ਪੜੋ ਲਿਸਟ ਡਿਗਰੀਆਂ ਤੇ ਵਾਡਾਂ ਦੀ ਮੁੱਕਣੀ ਨਹੀਂ ਮੈਂ ਗਿਆ ਆ ਦੇਖੋ ਅਵਾਰਡ ਪੜੋ ਇਹਨਾਂ ਨੂੰ ਤੇ ਸਨ ਵੀ ਲਿਖਿਓ ਸਾਰੇ 1950 ਤੋਂ ਸ਼ੁਰੂ ਹੋ ਗਈ ਸੀ ਵਾਰਡ ਮਿਲਣੇ ਤੇ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ 'ਚੋਂ ਅਵਾਰਡ ਮਿਲੇ ਇਹਨਾਂ ਨੂੰ ਦੇਖੋ ਵੀ ਦੁਨੀਆ ਦੇ ਪਹਿਲੇ 100 ਬੰਦਿਆਂ ਚਾਹੁੰਦੇ ਸੀਗੇ ਜਿਹੜੇ ਦੁਨੀਆ ਨੂੰ ਪ੍ਰਭਾਵਿਤ ਕਰਦੇ ਆ ਆ ਦੇਖੋ ਇੱਧਰ ਸਾਰਾ ਇੰਗਲੈਂਡ ਜਾਪਾਨ ਸਾਰਾ ਹੀ ਕੁਝ ਦੇਖੋ ਸਹੀ ਹੈ ਨਾ ਤੇ ਹੋਰ ਦਿਖਾਉਣਾ ਤੁਹਾਨੂੰ ਬੱਲੇ ਓਏ ਤੇ ਬਾਈ ਯੂਨਾਈਟਿਡ ਨੇਸ਼ਨ 'ਚ ਕੰਮ ਕਰਦੇ ਸੀਗੇ ਤੇ ਉਹ ਹੋਰ ਤਸਵੀਰਾਂ ਚੱਲ ਆਤ ਅਮਰੀਕਾ ਅਮਰੀਕਾ ਦਾ ਆ ਇੱਧਰ ਦੇਖੋ ਆਵਾਮੇ ਦੀ ਵੀ ਤੁਹਾਨੂੰ ਆਵਾਮੇ ਦੇ ਮੂੰਹੋਂ ਬੋਲ ਸੁਣਾਉਣਾ ਇੰਟ ਵਿੱਚ ਆ ਦੇਖੋ ਦੇਖਦਾ ਦੇਖੋ ਕਿਦਾਂ ਬਾਈ ਜੀ ਕਹਿੰਦੇ ਹੁੰਦੇ ਅੱਖਾਂ ਬੰਦੇ ਦੀ ਆਤਮਾ ਦਾ ਦੁਆਰ ਹੁੰਦੀਆਂ ਆਵਾਮੇ ਦੀਆਂ ਅੱਖਾਂ ਤੋਂ ਤੁਸੀਂ ਦੇਖੋ ਜਿੱਦਾਂ ਹੁੰਦਾ ਨਹੀਂ ਕੋਈ ਛੋਟਾ ਜਿਹਾ ਬੱਚਾ ਰਨਾਲਡੋ ਦਾ ਕਿਸੇ ਦਾ ਫੈਨ ਵੀ ਰੀਝ ਨਾ ਦੇਖਦਾ ਯਾਰ ਸੱਚੀ ਵੀ ਮੇਰੇ ਕੋਲ ਸੱਚੀ ਖੜਾ ਦੇਖੋ ਨਾ ਕਿ ਜਿੱਦਾਂ ਕੋਈ ਜਵਾਨ ਕਿਸੇ ਆਪਣੇ ਉਹਨੂੰ ਦੇਖਦਾ ਹੁੰਦਾ ਆਈਡਲ ਨੂੰ ਦੇਖੋ ਆਵਾਮੇ ਦੀਆਂ ਅੱਖਾਂ ਚ ਸਾਰਾ ਕੁਝ ਝਲਕਦਾ ਕੰਦੈਂ ਦੇਖਦਾ ਪਿਆ ਸਹੀ ਗੱਲ ਆ ਬਾਈ ਸੀ ਤੇ ਬਾਕੀ ਮਨਮੋਹਨ ਸਿੰਘ ਜੀ ਨੂੰ ਹਿੰਦੀ ਨਹੀਂ ਸੀ ਆਉਂਦੀ ਹੁੰਦੀ ਜੋ ਇਹ ਆਪਣਾ ਭਾਸ਼ਣ ਸੀ ਇਹ ਪਾਕਿਸਤਾਨ ਦੇ ਜੰਮਪਾਲ ਸੀ 1947 ਤੋਂ ਬਾਅਦ ਇੱਧਰ ਆਏ ਸੀ ਤੇ ਇਹਨਾਂ ਦਾ ਜੋ ਭਾਸ਼ਣ ਹੁੰਦਾ ਸੀ ਉਰਦੂ ਚ ਲਿਖਿਆ ਹੁੰਦਾ ਸੀ ਦੇਖ ਸਕਦੇ ਆ ਸੋ ਇਹਨਾਂ ਨੂੰ ਹਿੰਦੀ ਨਹੀਂ ਸੀ ਆਉਂਦੀ ਇਹ ਉਰਦੂ ਚ ਲਿਖਿਆ ਹੋਇਆ ਹੋਰ ਦਿਖੋ ਨਾ ਤੁੰਨ ਤੇ ਬਾਈ ਜੀ ਇਹ ਇਦਾਂ ਦੀ ਵੀਡੀਓ ਲਈ ਜੇ ਬਾਰ-ਬਾਰ ਸ਼ੇਅਰ ਕਰਨਾ ਪਵੇ ਫੇਰ ਤਾਂ ਬਹੁਤ ਮਾੜੀ ਗੱਲ ਆ ਯੂਨਾਈਟਿਡ ਨੇਸ਼ਨ ਚ ਕੰਮ ਕਰਦੇ ਸੀ ਉਹ ਵੀ ਛੱਡ ਕੇ ਆ ਗਏ ਸੀ ਪੜਾਉਣ ਲੱਪੇ ਸੀ ਫੇਰ ਦੇਖੋ ਯੂਨਾਈਟਿਡ ਨੇਸ਼ਨ ਚ ਵੀ ਇਹਨਾਂ ਨੇ ਜੌਬ ਕੀਤੀ ਆ ਤੇ ਹੋਰ ਦਿਖਾਉਣਾ ਤੁਹਾਨੂੰ ਬਾਈ ਮਾਣ ਹੁੰਦਾ ਗਵਰਨਰ ਰ ਹੈ ਹਰਜਾਰਾ ਬੈਂਕ ਆਫ ਇੰਡੀਆ ਦੇ ਸਾਈਨ ਕਰਦੇ ਹੁੰਦੇ ਜਿਹੜੇ ਮਨਮੋਹਨ ਸਿੰਘ ਨੋਟਾਂ ਤੇ ਅਜੇ ਵੀ ਨੋਟ ਹੈਗੇ ਕਈਆਂ ਕੋਲ ਪਏ ਆ ਦੇਖੋ ਹੋਰ ਦਿਖਾਉਣਾ ਤੁਹਾਨੂੰ ਤਸਵੀਰਾਂ ਲੱਗੀਆਂ ਦੋ ਕੋ ਹੋਰ ਤੇ ਆਵਾਮੇ ਦੇ ਮੂੰਹੋਂ ਵੀ ਸੁਣਾਉਣਾ ਵੀ ਬਾਈ ਜਦੋਂ ਸਿੰਘ ਬੋਲਦਾ ਸੀ ਖੜਖੜ ਸੁਣਦੇ ਸੀ ਲੋਕ ਇਹ ਇਹਨਾਂ ਦੇ ਪਾਕਿਸਤਾਨ ਦਾ ਜੰਪਲ ਦੇ ਜਦੋਂ ਇਹਨਾਂ ਦਾ ਜਨਮ ਹੋਇਆ ਪਾਕਿਸਤਾਨ ਚ ਅੱਜ ਦੇ ਦਿਨ ਤੇ ਉੱਥੇ ਦੇ ਮਤਲਬ ਯਾਰ ਦੋਸਤ ਬਚਪਨ ਦੇ ਉਹਨਾਂ ਨੂੰ ਜਦੋਂ ਮਿਲੇ ਸੀ ਆਪਣੀ ਧਰਮ ਪਤਨੀ ਨਾਲ ਤੇ ਯਾਰ ਕੁਸੇ ਬੜੇ ਵਧੀਆ ਲੱਗੇ ਮੈਨੂੰ ਤੇ ਹੋਰ ਦਿਖਾਉਣਾ ਤੁਹਾਨੂੰ ਤੇ ਇਹ ਇਹਨਾਂ ਦੀ ਪਹਿਲਾਂ ਦੀ ਤਸਵੀਰ ਆਪਣੀਆਂ ਧੀ ਰਾਣੀਆਂ ਨਾਲ ਇੱਕ ਦਿਖਾਉਣਾ ਹੁਣ ਤੇ ਬਾਕੀ ਬਾਈ ਜੀ ਚੱਕਰ ਪਤਾ ਕੀ ਆ ਹੁਣ ਯਾਰ ਉਹੀ ਗੱਲ ਸਾਨੂੰ ਬਚਪਨ ਤੋਂ ਹੀ ਆਪਾਂ ਪੜਦੇ ਹੀ ਉਹੀ ਉਹਨੇ ਜਿਹੜੇ ਸਰਕਾਰਾਂ ਦਾ ਹੀ মিডিਆ ਆ ਹੁਣ ਦੇਖ ਲਓ ਪੰਜਾਬ ਦਾ ਇੱਕ মিডিਆ ਆ ਠੱਗ ਪਾਣੀ ਸਭ ਨੂੰ ਪਤਾ ਹੀ ਆ ਕਿਹੜੀ ਖ਼ਬਰ ਆ ਜਿਨ੍ਹਾਂ ਦਾ ਲਾਲਾ ਜਗਤਮਾਨ ਗੱਡੀ ਚਾੜਿਆ ਸੀ ਸਿੰਘਾਂ ਨੇ ਇਹ ਲੋਕਾਂ ਦਾ ਪ੍ਰੇਰਨਾਸ਼ ਇਦਾਂ ਹੀ ਹੁੰਦਾ ਹੁਣ ਸਾਡੇ ਘਰਾਂ 'ਚ ਚੀਜ਼ਾਂ ਹੀ ਇਹੀ ਆਉਂਦੀਆਂ 25-25 ਲੱਖ ਪੰਜਾਬੀਆਂ ਨੇ ਇਹਨਾਂ ਨੂੰ ਫੋਲੋ ਕੀਤਾ ਕਹਿੰਦੇ ਨਿਊਯਾਰਕ ਪੁੱਜੇ ਪੀਐਮ ਮੋਦੀ ਦਾ ਹੋਇਆ ਸ਼ਾਨਦਾਰ ਸਵਾਗਤ ਸਹੀ ਆ ਨਾ ਹੁਣ ਇਹ ਜੇ سوشل میڈیا Facebook ਨਾ ਹੁੰਦੀ ਸਾਨੂੰ ਥੋੜੋ ਪਤਾ ਲੱਗਣਾ ਸੀ ਉੱਥੇ ਤਾਂ ਉਹਦੀ ਥੂ-ਥੂ ਹੋਈ ਆ ਸਹੀ ਹੈ ਨਾ ਹੁਣ ਇਹ سوشل میڈیا ਦਾ ਸਹੀ ਇਸਤੇਮਾਲ ਕਰੋ ਜਿੱਦਾਂ ਮੋਦੀ ਭਗਤ ਵੱਧੋ ਵੱਧ ਆਪਣੀਆਂ ਵੀਡੀਓ ਮੋਦੀ ਦੀਆਂ ਪਹਚਾਉਂਦੇ ਤੁਸੀਂ ਵੀ ਪਹਚਾਓ ਵੀ ਬਈ ਆ ਹੁੰਦੇ ਪ੍ਰਧਾਨ ਮੰਤਰੀ ਸਾਰੇ ਗਰੁੱਪਾਂ 'ਚ WhatsApp Facebook ਫੈਮਿਲੀ ਗਰੁੱਪਾਂ 'ਚ ਹਰ ਜਗ੍ਹਾ ਦਿਖਾਓ ਕਿਉਂਕਿ ਗੋਦੀ মিডিਆ ਨੇ ਤਾਂ ਦਿਖਾਉਣਾ ਹੀ ਨਹੀਂ ਮਨਮੋਹਨ ਸਿੰਘ ਜੀ ਬਾਰੇ ਦੱਸਿਆ ਤੁਹਾਨੂੰ ਕਦੀ ਕਿਸੇ ਨੇ ਆ ਦਿਖਾਉਣਾ ਤੁਹਾਨੂੰ ਇੱਕ ਤਸਵੀਰ ਹੋਰ ਤੇ ਇਹਨਾਂ ਦੇ ਹੋਰ ਵੀ ਤੱਥ ਲੈ ਕੇ ਆਉਂ ਆ ਵੀਡੀਓ ਸੁਣਾਉਣਾ ਤੁਹਾਨੂੰ ਬਾਈ ਕਈਆਂ ਨੇ ਮੈਂ ਕਿਹਾ ਜੇ ਕੱਲੀ ਫੋਟੋ ਦਿਖਾ ਦਿੰਦਾ ਯਕੀਨ ਨਹੀਂ ਸੀ ਕਰਨਾ ਵੀ ਉਦਾਂ ਹੀ ਛੱਡੀ ਜਾਂਦਾ ਵੀ ਉਬਾਮਾ ਨੇ ਤਾਂ ਕਿਹਾ ਹੀ ਨਹੀਂ ਇਦਾਂ ਆ ਤੁਹਾਨੂੰ ਦਿਖਾਉਣਾ ਉਹਦੇ ਜਿਹੜਾ ਉਬਾਮਾ ਦੇ ਮੂੰਹੋਂ ਸੁਣਾਉਣਾ ਵੀਡੀਓ ਚ ਯਾਰ ਕਹਨ ਲਓ ਕਹਿੰਦਾ ਸੀ ਜਦੋਂ ਵੀ ਜੀ20 ਜਿਹੜਾ ਹੁੰਦਾ ਹੈ ਨਾ ਗ੍ਰੇਟ 20 ਦੇਸ਼ਾਂ ਦਾ ਕਹਿੰਦਾ ਜਦੋਂ ਬੋਲਦੇ ਵੀ ਸੁਣਦੇ ਸਾਰੇ ਧਿਆਨ ਨਾਲ ਵੀ ਬੰਦਾ ਅਕਲ ਦੀ ਗੱਲ ਕਰੂ ਜਦੋਂ ਵੀ ਕਰੂਗਾ ਪੜਿਓ ਲਿਖਿਓ ਇੰਨੇ ਸੀ ਤੇ ਇਹਨਾਂ ਦੀਆਂ ਡਿਗਰੀਆਂ ਦਾ ਵੀ ਕਿਸੇ ਦਿਨ ਦੱਸਾਂਗੇ ਤੇ ਹੁਣ ਹਰ ਇੱਕ ਪੇਜ ਤੇ ਸਾਰੇ ਪਾਸੇ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਜੀ ਸਾਰੇ ਗਰੁੱਪਾਂ 'ਚ ਤੁਸੀਂ ਕਿਤੇ ਵੀ ਮੈਂ ਨਹੀਂ ਸਟ੍ਰਾਈਕ ਮਰਾਂਦਾ WhatsApp YouTube Instagram TikTok ਹਰ ਜਗ੍ਹਾ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਤੇ ਜਾਂਦੇ ਜਾਂਦੇ ਇੱਕ ਰਿਕੁਐਸਟ ਐ ਜੀ ਸਾਰਿਆਂ ਨੂੰ ਤੇ ਕਲਿੱਕ ਵੀ ਕਰ ਦਿਆ ਕਰੋ ਹੋ ਜਾਂਦਾ ਭਈ ਹਾਂ ਪਈਂਦਰੀ ਸਿਆ ਨਰੂੜਾ ਵਾਲਿਆ ਵੀਡੀਓ ਵਧੀਆ ਐ ਪਈ ਐਪਰੀਸ਼ੀਏਟ ਕਰਦੇ ਆ ਕਲਿੱਕ ਕਰ ਦਿਆ ਕਰੋ ਹਰ ਵੀਡੀਓ ਤੇ ਲਿੰਕ ਪਾਇਆ ਜੇ ਨਹੀਂ ਲਿੰਕ ਉੱਪਰ ਹੁੰਦਾ Google ਤੇ 3w ਪਾ ਕੇ indireadio.ca ਪਾ ਕੇ ਦੋ ਐਡਾ ਹੋਣੀ ਐ ਜੀ ਆਪਣੇ ਰੇਡੀਓ ਤੇ ਇੱਕਾ ਸਿਰੇ ਤੇ ਤੇ ਇੱਕਾ ਮੇਰੇ ਸਿਰ ਦੇ ਉੱਤੇ ਇੱਕ ਪਾਸੇ ਗੱਡੀ ਦੇ ਹੀ ਜਾਂਦੇ ਕਤਰਾਲਿਆਂ ਦੀ ਐਡ ਕਿੱਥੋਂ ਆਈ ਜਾਂਦੀ ਤੇ ਇੱਕ ਪਾਸੇ ਮੋਟਰਸਾਈਕਲ ਦੇ ਹੀ ਜਾਂਦੇ ਆ ਚਲੋ ਜੀ ਇਦਾਂ ਦੇਖ ਕੇ ਬੈਗ ਚੱਲ ਜਾਣਾ ਸਭ ਨੂੰ ਪਤਾ ਹੀ ਆ ਤੇ ਦੂਜੀ ਰਿਕੁਐਸਟ ਜੀ ਸਾਰੇ ਵੱਧੋ ਵੱਧ ਆਪਣਾ ਇਹ ਵਾਲਾ ਪੇਜ ਲਾਈਕ ਕਰੋ ਹਿੰਦੀ ਚ ਸਵਾਲ ਵੱਧੋ ਵੱਧ ਸਾਰਿਆਂ ਤੋਂ ਲਾਈਕ ਕਰਾਓ ਹੋਰ ਵੀਡੀਓ ਇਦਾਂ ਦੀਆਂ ਹੋਰ ਆ ਰਹੀਆਂ ਆ ਵੱਧੋ ਵੱਧ ਇਸ ਨੂੰ ਫੋਲੋ ਕਰੋ ਵੀਡੀਓ ਸ਼ੇਅਰ ਕਰੋ ਤੇ ਲਿੰਕ ਤੇ ਕਲਿੱਕ ਕਰੋ ਹੁਣ ਸ਼ੇਅਰ ਵਾਲਾ ਢੇਰ ਠਾ ਦਿਓ ਤੇ ਮੋਦੀ ਦੀਆਂ ਭੇਡਾਂ ਦੀ ਕਰਾ ਦਿਓ ਓਕੇ ਜੀ ਫੋਲੋ ਕਰੋ ਪੇਜ ਸ਼ੇਅਰ ਕਰੋ ਵੀਡੀਓ ਲਿੰਕ ਕਲਿੱਕ ਕਰੋ ਸ਼ੁਕਰੀਆ